हेलो स्टूडेंट्स एंड वेलकम टू ऑल इन माय चैनल प्रीत एजुकेशन सो स्टूडेंट्स इस वीडियो विडियो असं डिस्कस करेंगे क्लास सैवंथ का समाजिक विगयान का योग हफ्तावरी अभ्यासशीट नंबर नाइन वर्कशीट नंबर नाइन एस एस टी की कंपीटेंसी एनेजमेंट प्लैन के तहत ठीक है सी ई पी की जो थोड़ी शीट नंबर नाइन है उसनों डिकस करा उसल्यूशन करा ਤੇ ਇਸ ਨੂੰ ਜਿਹੜਾ ਅਸੀਂ ਪੰਜਾਬੀ ਅਤੇ ਇੰਗਲਿਸ਼ మీడియం ਦੋਨਾਂ ਵਿੱਚ ਹੀ ਸੋਲਵ ਕਰਾਂਗੇ ਪਹਿਲਾਂ ਤੁਹਾਨੂੰ ਪੰਜਾਬੀ మీడియం ਵਾਲੀ ਵਰਕਸ਼ੀਟ ਕਰਵਾ ਦਈਏ ਫਿਰ ਦੰ ਤੁਹਾਨੂੰ ਇੰਗਲਿਸ਼ మీడియం ਵਾਲੀ ਵਰਕਸ਼ੀਟ ਦੇ ਸੋਲੂਸ਼ਨ ਵੀ ਦਿਖਾ ਦਾਂਗੇ ਠੀਕ ਹੈ ਜੀ ਤੇ ਪਰ ਅੱਗੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤੇ ਨਾਲ ਦੀ ਨਾਲ ਜਿਹੜਾ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਨ ਨੋਟੀਫਿਕੇਸ਼ਨ ਤੇ ਜਰੂਰ ਸੈੱਟ ਕਰ ਦੇਣਾ ਠੀਕ ਹੈ ਫਿਰ ਜੇਕਰ ਤੁਹਾਨੂੰ ਬਾਕੀ ਸਬਜੈਕਟਸ ਦੀਆਂ ਵਰਕਸ਼ੀਟਸ ਵੀ ਚਾਹੀਦੀਆਂ ਨੇ ਤਾਂ ਉਹ ਮੇਰੇ ਚੈਨਲ ਤੇ ਜਲਦੀ ਅਪਲੋਡ ਹੋ ਜਾਣਗੀਆਂ ਜਾ ਹੋ ਗਈਆਂ ਹੋਣਗੀਆਂ ਤਾਂ ਤੁਸੀਂ ਚੈੱਕ ਜਰੂਰ ਕਰ ਲੈਣਾ ਮੇਰੇ ਚੈਨਲ ਤੇ ਜਾ ਕੇ ਜਿਵੇਂ ਤੁਹਾਡੀ ਸਾਇੰਸ ਹੈ ਇੰਗਲਿਸ਼ ਤੇ ਮੈਥ ਨੇ ਸਭ ਦੀ ਜਿਹੜੀ ਸ਼ੀਟਸ ਦਾ ਸੋਲੂਸ਼ਨ ਜਲਦੀ ਅਪਲੋਡ ਕੀਤਾ ਜਾਏਗਾ ਤਾਂ ਚੈੱਕ ਜਰੂਰ ਕਰ ਲੈਣਾ ਚੈਨਲ ਤੇ ਇੱਕ ਵਾਰੀ ਠੀਕ ਹੈ ਬੱਚਿਓ ਹੋ ਸਕਦਾ ਤੁਸੀਂ ਮੇਰੀ ਵੀਡੀਓ ਥੋੜੀ ਲੇਟ ਦੇਖ ਰਹੇ ਹੋ ਤਾਂ ਤੱਕ ਸ਼ਾਇਦ ਮੈਂ ਜਿਹੜਾ ਤੁਹਾਡੀਆਂ ਵਰਕਸ਼ੀਟਸ ਨੂੰ ਅਪਲੋਡ ਕਰ ਦਿੱਤਾ ਹੋਇਆ ਹੋਵੇਗਾ ਸੋ ਪਲੀਜ਼ ਚੈੱਕ ਜਰੂਰ ਕਰਨਾ ਨਾਲੇ ਵੀਡੀਓ ਨੂੰ ਲਾਈਕ ਕਰਨਾ ਤੇ ਨਾਲੇ ਕਮੈਂਟ ਕਰਨਾ ਤੇ ਆਪਣੇ ਫਰੈਂਡਸ ਨਾਲ ਇਸ ਨੂੰ ਜਰੂਰ ਸ਼ੇਅਰ ਕਰਾ ਦੇਣਾ ਤਾਂ ਜੋ ਵੀ ਜਿਹੜਾ ਆਪਣੇ ਵਰਕਸ਼ੀਟਸ ਨੂੰ ਸੋਲਵ ਕਰ ਸਕਣ ਠੀਕ ਹੈ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਆਂ ਸੋ ਫਰਸਟ ਆਪਣੇ ਕੁਐਸਚਨਸ ਦੇਖ ਲੈਣੇ ਆਪਾਂ ਹਾਂਜੀ ਫਰਸਟ ਹੈਗਾ ਪਾ ਦੇ ਨਕਸ਼ੇ ਵਿੱਚ ਛਾਇਆਦਾਰ ਕੀਤੇ ਖੇਤਰ ਦਾ ਪ੍ਰੇਖਣ ਕਰੋ ਤੇ ਦੱਸੋ ਇੱਥੇ ਕਿਹੜੀ ਵਿਸ਼ਵ ਪ੍ਰਸਿੱਧ ਯੂਨੀਵਰਸਿਟੀ ਹੈ ਜਿਸ ਨੂੰ ਕੁਮਾਰ ਗੁਪਤ ਪਹਿਲੇ ਨੇ 5ਵੀਂ ਸਦੀ ਦੇ ਦੌਰਾਨ ਬੜਵਾਇਆ ਸੀ ਇਹ ਬੋਧ ਧਰਮ ਦੀ ਸਿੱਖਿਆ ਦਾ ਪ੍ਰਸਿੱਧ ਕੇਂਦਰ ਸੀ ਠੀਕ ਹੈ ਤਾਂ ਆ ਹੈ ਗਈ ਉਹ ਜਗ੍ਹਾ ਬਿਹਾਰ ਦੇ ਵਿੱਚ ਆ ਇਹ ਤਾਂ ਹਾਂਜੀ ਇਹ ਕਿਹੜੀ ਸੀਗੀ ਜੀ ਨਾਲੰਦਾ ਯੂਨੀਵਰਸਿਟੀ ਠੀਕ ਹੈ ਪਹਿਲੀ ਆਪਸ਼ਨ ਹੈਗੇ ਨਾਲੰਦਾ ਯੂਨੀਵਰਸਿਟੀ ਬਿਹਾਰ ਵਿੱਚ ਹੈ ਕਿਹਦੇ ਹੈ ਸੈਕਿੰਡ ਕੁਐਸਚਨ ਤੁਸੀਂ ਇੱਕ ਵਿਦੇਸ਼ੀ ਯਾਤਰੀ ਹੋ ਆਪਣੀ ਯਾਤਰਾ ਦੌਰਾਨ ਤੁਸੀਂ ਦਿੱਲੀ ਸਲਤਨਤ ਇਹ ਦੇਖ ਸ਼ਕਤੀਸ਼ਾਲੀ ਸ਼ਾਸਕ ਦੇ ਰਾਜ ਵਿੱਚ ਪਹੁੰਚਦੇ ਹੋ ਇੱਥੋਂ ਤੁਸੀਂ ਦੇਖਦੇ ਹੋ ਕਿ ਲੋਕ ਉੱਥੇ ਆਪਣੀ ਰਾਜਧਾਨੀ ਦਿੱਲੀ ਨੂੰ ਛੱਡ ਕੇ ਦੌਲਤਾਬਾਹ ਜਾ ਰਹੇ ਹਨ ਤੁਸੀਂ ਉਹਨਾਂ ਤੁਸੀਂ ਉਹਨਾਂ ਤੋਂ ਇਸ ਦਾ ਕਾਰਨ ਪੁੱਛਦੇ ਹੋ ਤਾਂ ਕਹਿੰਦੇ ਹੋ ਤਾਂ ਕਹਿੰਦੇ ਹਨ ਕਿ ਉਹਨਾਂ ਦੇ ਬਾਦਸ਼ਾਹ ਦਾ ਫਰਮਾਨ ਹੈ ਦੱਸੋ ਤੁਸੀਂ ਦਿੱਲੀ ਸੰਤਨਤ ਦੇ ਕਿਹੜੇ ਬਾਦਸ਼ਾਹ ਦੀ ਰਾਜਧਾਨੀ ਵਿੱਚ ਹੋ ਠੀਕ ਹੈ ਜੀ ਤਾਂ ਹਾਂਜੀ ਇਹਦਾ ਉੱਤਰ ਕੀ ਹੋ ਜੂਗਾ ਜੀ ਤੀਜੀ ਆਪਸ਼ਨ ਅਲਾਉਦੀਨ ਖਿਲਜੀ ਠੀਕ ਹੈ ਇਹਨੇ ਆਪਣੀ ਜੋ ਰਾਜਧਾਨੀ ਸੀ ਉਹ ਬਦਲੀ ਸੀਗੀ ਦਲ ਬਾਤ ਕਰਤੀ ਸੀਗੀ ਨੈਕਸਟ ਹੈਗਾ ਹੇਠ ਦਿੱਤੇ ਕਥਨਾਂ ਦਾ ਵਿਸ਼ਲੇਸ਼ਣ ਕਰੋ ਤੇ ਦੱਸੋ ਇਹ ਕਤ ਕਿਹੜਾ ਕਥਨ ਸਹੀ ਹੈ ਤਵਫਸਰਤ ਕਥਨ ਹੈ ਤੁਹਾਡਾ ਲਾਉਦਨ ਖਿਲਜੀ ਨੇ ਖੇਤੀਬਾੜੀ ਦੀ ਨਿਗਰਾਨੀ ਕਰਨ ਅਤੇ ਖੇਤੀਬਾੜੀ ਦੀ ਨਿਗਰਾਨੀ ਕਰਨ ਲਈ ਦੀਵਾਨੀ ਦੀਵਾਨੇ ਮੁਰਤਜ਼ਾ ਖਾਨ ਨਾਮ ਦਾ ਵਿਭਾਗ ਸਥਾਪਿਤ ਕੀਤਾ ਸੀ ਸੈਕਿੰਡ ਹੈਗਾ ਤੁਹਾਡਾ ਫਿਰੋਜ਼ ਸ਼ਾਤੋਗਲਕ ਨੇ ਖੇਤੀਬਾੜੀ ਨੂੰ ਛਾਇਦ ਕੀਤਾ ਤੇ ਸਿੰਚਾਈ ਲਈ ਬਹੁਤ ਸਾਰੀਆਂ ਨਹਿਰਾਂ ਦੀ ਖਦਾਈ ਕਰਵਾਈ ਤਾਂ ਹਾਂਜੀ ਇਹ ਦੋਨੀਆਂ ਕਥਨ ਸਹੀ ਆਗੇ ਤਾਂ ਸੈਕਿੰਡ ਆਪਸ਼ਨ ਆਣੀ ਕਥਨ ਊੜਾ ਤੇੜਾ ਦੋਵੇਂ ਸਹੀ ਹਨ ਨੈਕਸਟ ਕੁਐਸਚਨ ਤਸਵੀਰ ਵਿੱਚ ਦਿਖਾਈ ਰਹੀ ਇਮਾਰਤ ਵਿੱਚ ਸਥਿਤ ਦਿੱਲੀ ਵਸਥਿਤ ਹੈ ਤੇ 73 ਮੀਟਰ ਉੱਚਾ ਹੈ ਇਸ ਨੂੰ ਦਾਸਵੰਸ਼ ਦੇ ਸੰਸਥਾਪਕ ਕੁੱਤਬਦੀਨ ਐਬਕ ਨੇ ਬਣਵਾਇਆ ਸੀ ਇਸ ਦੀ ਪਛਾਣ ਕਰੋ ਠੀਕ ਹੈ ਇਹਦਾ ਸਭ ਨੂੰ ਪਤਾ ਹੋਏਗਾ ਕੀ ਹੈਗਾ ਤੇ ਇਹ ਕਿਹਨੂੰ ਬਣਵਾਇਆ ਸੀ ਕੁੱਤਬਦੀਨ ਐਬਕ ਨੇ ਲਿਖਿਆ ਹੋਇਆ ਕੁਐਸਚਨ ਵਿੱਚ ਤਾਂ ਹਾਂਜੀ ਇਹਦਾ ਹੈਗਾ ਉੱਤਰ ਕੁੱਤਬ ਮੀਨਾਰ ਠੀਕ ਹੈ ਨੈਕਸਟ ਹੈਗਾ ਤੁਹਾਨੂੰ ਸਕੂਲ ਵਿੱਚ ਇੱਕ ਰੋਲ ਪਲੇ ਦੌਰਾਨ ਇੱਕ ਜਹੀ ਔਰਤ ਦੀ ਭੂਮਿਕਾ ਨਿਭਾਉਣ ਲਈ ਕਿਹਾ ਗਿਆ ਹੈ ਜੋ ਸਮੇਂ ਦੇ ਰਵਾਇਤੀ ਸੁਲਾਣ ਛੱਡ ਕੇ ਆਪਣੇ ਪਤੀ ਬਾਦਸ਼ਾਹ ਜਹਾਂਗੀਰ ਨਾਲ ਸਿੰਘਾਸਨ ਤੇ ਬੈਠੀ ਉਸਨੇ ਮਹੱਤਵਪੂਰਨ ਮੁੱਦਿਆਂ ਤੇ ਆਪਣੀ ਸਲਾਹ ਦਿੱਤੀ ਸਿੱਕੇ ਜਾਰੀ ਕੀਤੇ ਅਤੇ ਕਈ ਮਾਰਤਾਂ ਦੇ ਨਮੂਨੇ ਵੀ ਤਿਆਰ ਕਰਵਾਏ ਦੋਸਤੋ ਤੁਹਾਨੂੰ ਕਿਸ ਦੀ ਭੂਮਿਕਾ ਨਿਭਾਉਣ ਲਈ ਕਿਹਾ ਗਿਆ ਹੈ ਠੀਕ ਹੈ ਜੀ ਤਾਂ ਹਾਂ ਜੀ ਇਹਦਾ ਉੱਤਰ ਕਿਹਾਗਾ ਨੂਰ ਜਹਾਂ ਠੀਕ ਹੈ ਨੂਰ ਜਹਾਂ ਤੁਹਾਨੂੰ ਜਿਹੜੀ ਨੂਰ ਜਹਾਂ ਦੀ ਭੂਮਿਕਾ ਨਿਭਾਉਣ ਲਈ ਕਿਹਾ ਗਿਆ ਹੈ ਅਗਲਾ ਮੱਧਕਾਲੀਨ ਯੁੱਗ ਦੌਰਾਨ ਬਹੁਤ ਸਾਰੇ ਵਿਸ਼ਵਾਸ ਰਿਤੀ ਰਿਵਾਜ ਅਤੇ ਧਾਰਮਿਕ ਸੰਪਰਦਾਵਾਂ ਦਾ ਵਿਕਾਸ ਹੋਇਆ ਹੈ ਇਹ ਕਿ ਕਾਲਮ ਅ ਇੱਕ ਦੇ ਇੱਕ ਅਤੇ ਦੋ ਦੇ ਅਨਸਾਰ ਜਿਹੜੇ ਕਿ ਮਿਲਾਨ ਕਰਨੇ ਹੈਗੇ ਫਸਟ ਹੈਗਾ ਉਲਮਾ ਠੀਕ ਹੈ ਤਾਂ ਇਹਦੀ ਆਪਸ਼ਨ ਆ ਜਾਣੀ ਈਡੀ ਸੌਰੀ ਕਰਨ ਦੇ ਵਿੱਚ ਈਡੀ ਆਪਸ਼ਨ ਠੀਕ ਹੈ ਮੁਸਲਿਮ ਧਾਰਮਿਕ ਨੇਤਾ ਓਕੇ ਸੋ ਨੈਕਸਟ ਹੈਗਾ ਇਸਲਾਮ ਧਰਮ ਤਾਂ ਹਾਂਜੀ ਇਹਦਾ ਆਏਣਾ Hazrat Muhammad ਨੈਕਸਟ ਸਿੱਖ ਧਰਮ ਤਾਂ ਇਹਦਾ ਆਏਣਾ ਐਡ ਆਪਸ਼ਨ ਤਾਂ ਹਾਂਜੀ ਦੇਖੀ ਕਿਹੜੀ ਚ ਸਹੀ ਕਰਦਾ ਪਿਆ ਪਹਿਲੇ ਦਾ ਈਡੀ ਤਾਂ ਪਹਿਲੇ ਸਭ ਤੋਂ ਉਡਾਇੜਾ ਇਹ ਤਾਂ ਚੌਥੀ ਆਪਸ਼ਨ ਹੀ ਬੰਦੀ ਹੈ ਇਹਦੀ ਕਰੈਕਟ ਠੀਕ ਹੈ ਚੌਥੀ ਤੇ ਟਿੱਕ ਲਾ ਲੈਣਾ ਅਗਲਾ ਹੈਗਾ ਮਾਦੇਸ਼ਯਾ ਦਾ ਉਹ ਸ਼ਾਸਕ ਜਿਸ ਨੇ ਤੁਗਲਕ ਸਮਰਾਜ ਦਾ ਪਤਨ ਕਰ ਦਿੱਤਾ ਠੀਕ ਹੈ ਤਾਂ ਉਹ ਕਿਹੜਾ ਸੀਗਾ ਤੈਮੂਰ ਠੀਕ ਹੈ ਤੈਮੂਰ ਆ ਜਾਣਾ ਪਹਿਲੀ ਆਪਸ਼ਨ ਨੈਕਸਟ ਹੈਗਾ ਸਮੀਰ ਆਪਣੇ ਸਾਥੀਆਂ ਨਾਲ ਘੁੰਮਣ ਲਈ ਇੱਕ ਡੈਲਟਾਈ ਖੇਤਰ ਵਿੱਚ ਗਿਆ ਜੋ ਕਿ ਗੰਗਾ ਤੇ ਬ੍ਰਹਮਪੁੱਤਰ ਨਦੀਆਂ ਦੇ ਮਿਲ ਕੇ ਬਣਾਉਂਦੀਆਂ ਹਨ ਇਹ ਪ੍ਰਸਿੱਧ ਰਾਇਲ ਬੰਗਾਲ ਟਾਈਗਰ ਦਾ ਘਰ ਮੰਨਿਆ ਜਾਂਦਾ ਹੈ ਦੱਸੋ ਸਮੀਰ ਆਪਣੇ ਸਾਥੀਆਂ ਨਾਲ ਹੇਠ ਲਿਖਿਆਂ ਵਿੱਚੋਂ ਕਿਹੜੀ ਥਾਂ ਤੇ ਘੁੰਮਣ ਲਈ ਗਿਆ ਠੀਕ ਹੈ ਤਕੀੜਾ ਸੀਗਾ ਉਹ ਕਿਹੜਾ ਡੈਲਟਾ ਹੈਗਾ ਉਹ ਸੁੰਦਰਬਨ ਡੈਲਟਾ ਠੀਕ ਹੈ ਤੀਜੀ ਆਪਸ਼ਨ ਠੀਕ ਹੈ ਸੁੰਦਰਬਨ ਡੈਲਟਾ ਹੈ ਜੋ ਗੰਗਾ ਤੇ ਬ੍ਰਹਮਪੁੱਤਰ ਦਰਿਆ ਮਿਲ ਕੇ ਬਣਾਉਂਦੀਆਂ ਹਨ ਅਗਲਾ ਹੈ ਡੇਵਿਡ ਦਾ ਘਰ ਉਸ ਖੇਤਰ ਵਿੱਚ ਹੈ ਜਿਸ ਨੂੰ ਸਦਾ ਬਹਾਰ ਸੰਗੜੇ ਜੰਗਲਾਂ ਜੰਗਲ ਵੀ ਆਖਿਆ ਜਾਂਦਾ ਹੈ ਇੱਥੇ ਲਗਾਤਾਰ ਸਾਰਾ ਸਾਲ ਨਿਰੰਤਰ ਉੱਚਾ ਤਾਪਮਾਨ ਰਹਿੰਦਾ ਹੈ ਤੇ ਸਾਰਾ ਸਾਲ ਵਰਖਾ ਹੁੰਦੀ ਹੈ ਇਨ੍ਹਾਂ ਬਣਾ ਦੀਆਂ ਉੱਪਰਲੀਆ ਟਾਹਣੀਆਂ ਆਪਸ ਵਿੱਚ ਇਸ ਤਰ੍ਹਾਂ ਰਲੀਆਂ ਹੁੰਦੀਆਂ ਹਨ ਕਿ ਜਿਵੇਂ ਇੱਕ ਛਤਰੀ ਦਾ ਰੂਪ ਧਨ ਕਰ ਲੈਂਦੀਆਂ ਹਨ ਦੱਸੋ ਡੇਵਿਡ ਕਿਸ ਖੇਤ ਕਿਹੜੇ ਖੇਤਰ ਵਿੱਚ ਰਹਿੰਦਾ ਹੈ ਠੀਕ ਹੈ ਤਾਂ ਅੰਜ ਕਿਹੜੇ ਖੇਤਰ ਵਿੱਚ ਰਹਿੰਦਾ ਹੈ ਪੂਮਦਰੇਖੀ ਬਣਾ ਵਿੱਚ ਠੀਕ ਹੈ ਭੂਮਧਰੇਖੀ ਵਣ ਖੇਤਰ ਵਿੱਚ ਨੈਕਸਟ ਗੁਰਲੀਨ ਆਪਣੇ ਛੋਟੇ ਭਰਾ ਨੂੰ ਦੱਸਦੀ ਹੈ ਕਿ ਪਿਛਲੇ ਹਫਤੇ ਉਹਨਾਂ ਦੇ ਅਧਿਆਪਕ ਨੇ ਉਹਨਾਂ ਨੂੰ ਗੁਜਰਾਤ ਦੇ ਇੱਕ ਮਸ਼ਹੂਰ ਰਾਸ਼ਟਰੀ ਪਾਰਕ ਟੂਰ ਵਿੱਚ ਲੈ ਕੇ ਗਏ ਸਨ ਜਿੱਥੇ ਉਹਨਾਂ ਨੇ ਬਹੁਤ ਸਾਰੇ ਸ਼ੇਰ ਸ਼ੇਰ ਤੇ ਚੀਤੇ ਵੇਖੇ ਦੱਸੋ ਗੁਰਲੀਨ ਕਿਹੜੇ ਰਾਸ਼ਟਰੀ ਪਾਰਕ ਦੀ ਗੱਲ ਕਰ ਰਹੀ ਹੈ ਠੀਕ ਹੈ ਜੀ ਤਾਂ ਗੁਰਲੀਨ ਕਿਹੜੇ ਰਾਸ਼ਟਰੀ ਪਾਰਕ ਦੀ ਗੱਲ ਕਰ ਰਹੀ ਹੈ ਗੀਰ نیشنل ਪਾਰਕ ਠੀਕ ਹੈ ਜਿੱਥੇ ਕਿ ਬਹੁਤ ਸਾਰੇ ਸ਼ੇਰ ਤੇ ਚੀਤੇ ਹਨ ਗੀ نیشنل پارک नेक्स्ट ਹੈਗਾ ਭਾਰਤ ਦੇ ਨਕਸ਼ੇ ਵਿੱਚ ਛਾਇਆਦਾਰ ਕੀਤੇ ਖੇਤਰ ਦਾ ਪ੍ਰੇਖਣ ਕਰੋ ਤੇ ਇਹ ਕਿੱਥੇ ਸੌਰੀ ਇੱਥੇ ਕਿਸ ਪ੍ਰਕਾਰ ਦੀ ਬਨਸਪਤੀ ਵਾਲੇ ਇਲਾਕੇ ਮਿਲਦੇ ਹਨ ਠੀਕ ਹੈ ਤਾਂ ਹਾਂਜੀ ਇੱਥੇ ਕਿਹੜੇ ਮਿਲਦੇ ਹਨ ਤਾਂ ਨਕਸ਼ੇਵਿਦਿਕ ਗਿਆਨਤਾ ਇਹਦਾ ਇਹਨਾਂ ਚੌਥੀ ਆਪਸ਼ਨ ਪਹਾੜੀ ਬਨਸਪਤੀ ਠੀਕ ਹੈ ਆਵੜੀ ਤੇ ਕਿਹੜੇ-ਕਿਹੜੇ ਮਿਲਦੇ ਹਨ ਜੀ ਪਹਾੜੀ ਬਨਸਪਤੀ ਨੈਕਸਟ ਹੈਗਾ ਜैव ਵਿਭਿੰਨਤਾ ਲਈ ਜੰਗਲਾਂ ਦੀ ਸਾਂਭ ਸੰਭਾਲ ਕਿਉਂ ਜ਼ਰੂਰੀ ਹੈ ਤਾ ਫਰਸਟ ਆਪਸ਼ਨ ਕੀ ਜੰਗਲ ਮਨੁੱਖ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਜੰਗਲੀ ਜੀਵਾਂ ਦੇ ਨਿਵਾਸ ਪ੍ਰਦਾਨ ਕਰਦੇ ਹਨ ਤੇ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਦੇ ਹਨ ਤਾਂ ਪ੍ਰਕਤ ਸਾਰੇ ਆਪਸ਼ਨ ਆਏ ਨੇ ਇਹਦੀ ਠੀਕ ਹੈ 12th ਦੀ ਪ੍ਰਕਤ ਸਾਰੇ ਅਗਸ 13th ਚਿੱਤਰ ਵਿੱਚ ਦਿਖਾਇਆ ਗਿਆ ਹੈ ਬਨਸਪਤੀ ਦਾ ਪ੍ਰੇਖਣ ਕਰੋ ਤੇ ਦੱਸੋ ਇਹ ਬਨਸਪਤੀ ਕਿਹੜੀ ਕਿਸਮ ਦੀ ਹੈ ਤੇ ਇਹ ਕਿਹੜੀ ਕਿਸਮ ਦਾ ਸਾਇਆਚਾਰ ਹੈ ਇਹ ਬਨਸਪਤੀ ਨੂੰ ਤਾਂ ਜੀ ਇਹਦਾ ਕਿਹੜੀ ਹੈਗੀ ਇਹ ਬਨਸਪਤੀ ਦੇਖ ਕੇ ਦੱਸ ਸਕਦੇ ਤੁਸੀਂ ਤਾਂ ਇਹ ਹੈਗੀ ਮੌਨਸ ਮਾਰੂਥਲੀ ਬਨਸਪਤੀ ਠੀਕ ਹੈ पहली ऑप्शन मारूथली बनस्पति है नैक्सट है पैरे न्यान न है तो उत्तर देने ने। ठीक है फोर्टिनथ एंड फिफथेंथ क्वेश्चन हैगा फस्ट है, है।, है हेट लिखों केड़ी मनुखी गतिविधि मारूथली खेतर वानेगदान पा रही है ठीक है तो कि हाँ जी तीजी ऑप्शन है वणा की कटाई करना बाकी तुम्चों तो भी देख लो वैसे बड़ा ही सिंपल जहा क्वेश्चन तो आप बिना पढ़े आंसर दिता बाकी तो चैक करना जरूर ਅਗਲਾ ਜੰਗਲਾਂ ਦੀ ਸਾਮ ਸੰਭਾਲ ਕਿਉਂ ਜ਼ਰੂਰੀ ਹੈ ਤਾਂ ਇਹ ਵੀ ਬਹੁਤ ਸੌਖਾ ਹੈਗਾ ਤਾਂ ਜੰਗਲ ਵਰਖਾ ਲਿਓ ਨਹੀਂ ਸਾਈਕਿੰਦੇ ਹਨ ਤੇ ਜੰਗਲੀ ਜੀਵਾਂ ਦਾ ਨਿਵਾਸ ਸਥਾਨ ਹੈਗਾ ਇਹ ਤਾਂ ਸੇਮ ਹੋਈ ਕੁਐਸਚਨ ਆ ਗਿਆ ਉੱਪਰ ਵਾਲਾ ਤੇ ਵੀ ਬਰਕਤ ਸਾਰੀਆਂ ਹੈ ਠੀਕ ਹੈ ਸੋ ਹੁਣ ਆਪਾਂ ਇੰਗਲਿਸ਼ ਵੀਡਾ ਦੀ ਵਰਕਸ਼ੀਟ ਦਿਖਾ ਦਿੰਨੇ ਆ ਤੁਹਾਨੂੰ ਸੋਸ ਦੇ ਆਨਸਰਸ ਵੀ ਤੁਸੀਂ ਜਿਹੜੇ ਟਿਕ ਕਰ ਲੈਣੇ ਇੰਗਲਿਸ਼ ਵਾਲੇ ਸਟੂਡੈਂਟਸ ਨੇ ਸੋ ਆਹ ਹੈ ਇੰਗਲਿਸ਼ ਵੀਡਾ ਦੀ ਵਰਕਸ਼ੀਟ ਸੋਸ਼ਲ ਸਾਇੰਸ ਸੀ ਵੀਕਲੀ ਪ੍ਰੈਕਟਿਸ ਸ਼ੀਟ 9 ਫਸ ਦਾ ਅਨਸਰ ਆ ਜਣਾ ਸੈਕਿੰਡ ਆਪਸ਼ਨ ਨਾਲੰਦਾ ਯੂਨੀਵਰਸਿਟੀ ਆ ਵਾਲੀ ਬਿਹਾਰ ਵਿੱਚ ਹੈਗੀ ਹੈ ਨੈਕਸਟ ਹੈਗਾ ਸੈਕਿੰਡ ਇਹਦਾ ਆ ਜਣਾ ਅਲਾਉਦੀਨ ਖਿਲਜੀ ਨਾ ਥਰਡ ਹੈਗਾ ਇਹਦਾ ਆ ਜਣਾ ਸੈਕਿੰਡ ਆਪਸ਼ਨ ਬੋਥ ਸਟੇਟਮੈਂਟ A ਐਂਡ B ਆਰ ਕਨੈਕਟ ਠੀਕ ਹੈ ਜੋ ਇਹ ਦੋਵੇਂ ਸਟੇਟਮੈਂਟਸ ਨੇ ਕਰੈਕਟ ਨੇ ਨੈਕਸਟ ਹੈਗਾ ਫੋਰਥ ਇਹ ਬਿਲਡਿੰਗ ਦਸਨੀ ਸੀ ਇਹ ਕੜੀ ਸੀਗੀ ਸੋ ਇਹਦਾ ਆ ਜਣਾ ਕুতਬ ਮੀਨਾਰ ਨੈਕਸਟ ਹੈਗਾ ਕਿ ਕਿਹਨੇ ਜਿਹੜਾ ਕਿ ਕੁਆਇਨਸ ਵਗੈਰਾ ਇਸ਼ੂ ਕੀਤੇ ਸੀਗੇ ਤੇ ਬਿਲਡਿੰਗਸ ਬਣਵਾਈਆਂ ਸੀ ਤਾਂ ਉਹ ਕੌਨ ਸੀ ਕਿ ਨੂਰਜਹਾਂ ਤੁਹਾਨੂੰ ਜਿਹੜਾ ਰੋਲ ਪਲੇ ਵਾਲਾ ਇੱਕ ਕੁਐਸਚਨ ਸੀਗਾ ਇਹ ਅਗਲਾ ਹੈਗਾ ਮੈਚ ਦਾ ਕਾਲਮ ਸੋਇਦ ਵਿੱਚ ਆਇਨਾ ਉਲਮਾ ਆਇਨਾ ਮੁਸਲਿਮ ਲੇਜੈਂਡ ਰੇਡਰਸ ਠੀਕ ਹੈ ਤੇ ਹੋਰ ਇਸਲਾਮ ਰਿਲੀਜੀਅਨਸ ਆਇਨਾ حضرت ਮੁਹੰਮਦ ਤੇ ਸਿੱਕਾ ਮਾਇਨਾ ਸਿਕਸਮ ਸੌਰੀ ਤੇ ਇਹਨਾਂ ਗੁੱਡ ਨਾਈਟ ਥੈਂਕਸ ਦਾ ਚੌਥੀ ਆਪਸ਼ਨ ਆ ਦਾ ਕਰੈਕਟ ਆਨਸਰ ਨੈਕਸਟ ਆਗਾ ਇਹਦਾਗਾ ਫਸਟ ਆਪਸ਼ਨ ਠੀਕ ਹੈ ਟੋਗਲੋਕ एंपਾਇਰ ਵਾਲਾ ਨੈਕਸਟ ਆਗਾ ਇੱਥੇ ਦਾ ਇਹਨਾਂ ਥਰਡ ਆਪਸ਼ਨ ਸੁੰਦਰਬਨ ਡੈਲਟਾਸ ਨੈਕਸਟ ਇਹਦਾ ਇਹਨਾਂ ਇਕਵੇਟਰਲਸ ਫੋਰੈਸਟ ਠੀਕ ਹੈ 10th ਦਾ ਆ ਜਾਏਗਾ ਜੀ ਸੈਕੰਡ ਆਪਸ਼ਨ ਗੀਰ نیشنل پارک ਐਂਡ 11th ਦਾ ਆ ਜਾਣਾ ਵੀ ਆਨ ਮੈਪ ਨੂੰ ਦੇਖ ਕੇ ਦੱਸਣਾ ਵੀ ਇੱਥੇ ਕਿਹੜੇ ਪ੍ਰਕਾਰ ਦੀ ਜੋ ਵੇਜੀਟੇਸ਼ਨ ਫਾਊਂਡ ਹੁੰਦੀ ਆ ਸੋ ਇਹ ਹੈਗੀ ਆ माउंटेनियस वेजिटेशन फाउंड ठीक है माउंटेन्युअस वैजीटे नैक्सट ट्वेल्थ है कि जो फॉरस्ट कन्वर्सेशन कंजरवे हैगी इंपोर्टेंट है बायोडिवर्सिटी ला य फोर्थ ऑप्शन आ जानी ऑल ऑफ दीज नैक्सट थर्टिनथ है, है इन देख के एग्जाइन करके देख के दसना सीखिए इस प्रकार की जो वैजिटेन हैगी है सो यह हैगी डेजर्ट so, वैजीटेन फस्ट ऑप्शन नैक्सट है जाना पैसेज रीड करना फोर्टीन एंड फिफ्ट क्वेश्चन सो फोरटीनथ के आ जानी थर्ड ऑप्शन ठीक है एंड फिफ्टीनथ का आ जा जी ऑल ऑफ एबव ठीक है उपर ही क्वेश्चन ने करवाया वैसे बारवा क्वेश्चन ही सेम है ठीक है सो येगाडा जो सैवंथ क्लास स्टूडेंट्स की सी ई पी द जो ਪ੍ਰੈਕਟਿਸ ਸ਼ੀਟ ਨੰਬਰ 9 ਉਸ ਦਾ ਸੋਲੂਸ਼ਨ ਕੀਤਾ ਤੇ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਣਾ ਕਿਉਂਕਿ ਜਦੋਂ ਤੁਹਾਡੀਆਂ ਫਿਊਚਰ ਦੇ ਵਿੱਚ ਵੀ ਅੱਗੇ ਨੈਕਸਟ ਸ਼ੀਟਸ ਆਣਗੀਆਂ 10th ਦਾ 11th ਜਿੰਨੀਆਂ ਵੀ ਸੋ ਆਪਾਂ ਉਹ ਵੀ ਜਿਹੜਾ ਸੋਲਵ ਕਰਕੇ ਜ਼ਰੂਰ ਪਾਵਾਂਗੇ ਚੈਨਲ ਤੇ ਸੋ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਣਾ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਕਮੈਂਟ ਜ਼ਰੂਰ ਕਰਨਾ ਤੇ ਇਸ ਨੂੰ ਫਰੈਂਡਸ ਨਾਲ ਵੀ ਸ਼ੇਅਰ ਕਰ ਦੇਣਾ ਸੋ ਬੱਚਿਓ ਆਪਾਂ ਨੂੰ ਮਿਲਦਿਆਂ ਨੈਕਸਟ ਵੀਡੀਓ ਵਿੱਚ ਸੋ ਥੈਂਕਸ ਫॉर ਵਾਚਿੰਗ ਐਂਡ ਹੈਵ ਅ ਨਾਈਸ ਡੇ